ਗੁੱਡ ਇਵਨਿੰਗ ਟੂ ਆਲ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਆਲਸਾ ਐਗਜ਼ਾਮ ਹੋਇਆ ਤੇ ਤੁਹਾਨੂੰ ਪਤਾ ਜਦੋਂ ਵੀ ਆਲਸਾ ਐਗਜ਼ਾਮ ਹੁੰਦਾ ਸੀ ਤੁਹਾਡੇ ਸਾਹਮਣੇ ਰਿਵਿਊ ਦੀ ਵੀਡੀਓ ਅਪਲੋਡ ਕਰਦੇ ਆ ਤਾਂ ਅੱਜ ਜਿਹੜਾ ਮਾਰਨਿੰਗ ਦੇ ਵਿੱਚ ਐਗਜ਼ਾਮ ਹੋਇਆ ਸੀ ਉਹਦੇ ਰਿਵਿਊ ਦੀ ਵੀਡੀਓ ਤੇ ਨਾਲ ਦੀ ਨਾਲ ਤੁਹਾਨੂੰ ਲਿਸਟਿੰਗ ਦੇ ਆਨਸਰਸ ਵੀ ਪ੍ਰੋਵਾਈਡ ਕੀਤੇ ਸੀ ਤੇ ਹੁਣ ਜਿਹੜੀ ਅਸੀਂ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਨ ਜਾ ਰਹੇ ਹਾਂ ਉਹ ਹੈ ਈਵਨਿੰਗ ਜਿਹਨਾਂ ਬੱਚਿਆਂ ਦਾ ਈਵਨਿੰਗ ਦਾ ਅੱਜ ਐਗਜ਼ਾਮ ਹੋਇਆ ਉਹ ਉਹ ਆਪਦੇ ਰਿਵਿਊ ਦੇਖ ਸਕਦੇ ਨੇ ਕਿ ਕਿਸ ਤਰ੍ਹਾਂ ਦਾ ਅੱਜ ਐਗਜ਼ਾਮ ਆਇਆ ਸੀ ਕਿ ਸਹੀ ਸੀ ਗਲਤ ਸੀ ਸੋ ਜਿਹੜੇ ਬੱਚਾ ਇਹ ਸੋਚ ਰਹੀ ਨੇ ਐਗਜ਼ਾਮਪਲ ਅੰਬਰ ਉਹ ਵੀ ਦੇਖ ਸਕਦੇ ਨੇ ਕਿ ਇਸ ਟਾਈਪ ਦੇ ਐਗਜ਼ਾਮ ਆ ਰਹੇ ਨੇ ਕਿ ਇਸ ਟਾਈਪ ਦਾ ਲੈਵਲ ਆ ਰਿਹਾ ਹੈ ਰੀਡਿੰਗ ਦਾ ਲਿਸਨਿੰਗ ਦਾ 올 ਰਾਈਟਿੰਗ ਦੇ ਵਿੱਚ ਕਿਹੜੇ ਕਿਹੜੇ ਟੌਪਿਕਸ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੋ ਵੀ ਅਸੀਂ ਤੁਹਾਨੂੰ ਪ੍ਰੈਡਿਕਸ਼ਨ ਦੇ ਵਿੱਚ ਦੱਸਿਆ ਸੀ ਬਿਲਕੁਲ ਸਾਡੀ ਪ੍ਰੈਡਿਕਸ਼ਨ ਦੇ ਅਕੋਰਡਿੰਗ ਹੀ ਐਗਜ਼ਾਮ ਦੇ ਵਿੱਚ ਆਇਆ ਸੀ ਤੁਸੀਂ ਚੈੱਕ ਕਰ ਸਕਦੇ ਹੋ ਜਿੰਨਾਂ ਬੱਚਿਆਂ ਨੇ ਅੱਜ ਐਗਜ਼ਾਮ ਦਿੱਤਾ ਅਸੀਂ ਟਾਸਕ 1 ਵੀ ਟਾਸਕ 2 ਹਰ ਚੀਜ਼ ਸਾਡੀ ਪ੍ਰੈਡਿਕਸ਼ਨ ਦੇ ਅਕੋਰਡਿੰਗ ਹੀ ਆਈ ਸੀ ਸੋ ਹੁਣ ਆਪਾਂ ਦੇਖਦੇ ਹਾਂ ਅੱਜ ਦਾ ਰਿਵਿਊ हाँ जी सब तो पहला आप गल करेंगे मड्यूल फर्स्ट यानी कि लिसनिंग किस तरह की, की आई सी तो आप देखते हैं लिसनिंग जोड़ा पार्ट वन से अपने को, को फिलप्स आई सी और लैवल से उन्हें ईजी फिर उस तो बाद देखते हैं पार्ट टू पार्ट टू के अपने को समॉल एम सीवज आए थी और लैवल से ईजी टू मॉडरेट फिर उस बाद पार्ट थ्री लार्ज एमसी क्यूज आए और लैवल से उन्हें ईजी फिर उस बाद पार्ट आपोर देखते हैं पार्ट फोर के अपने को फिलप्स आए थ वन वर्ड लिखना और लैवल से ईजी ਓਵਰঅল ਜੇ ਆਪਾਂ ਗੱਲ ਕਰੀਏ ਤਾਂ ਅੱਜ ਦਿਨਾਂ ਬੱਚਿਆਂ ਇਵਨਿੰਗ ਦੇ ਵਿੱਚ ਇਗਜ਼ਾਮ ਦਿੱਤਾ ਉਹਨਾਂ ਬੱਚਿਆਂ ਦਾ ਲਿਸਨਿੰਗ ਦਾ ਲੈਵਲ ਜਿਹੜਾ ਆਇਆ ਸੀ ਉਹ ਈਜ਼ੀ ਟੂ ਮੋਡਰੇਟ ਆਇਆ ਸੀ ਅੱਜ ਦੇ ਇਗਜ਼ਾਮ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਰੀਡਿੰਗ ਕਿਸ ਤਰ੍ਹਾਂ ਦੀ ਆਈ ਸੀ ਅੱਜ ਦੇ ਇਗਜ਼ਾਮ ਦੇ ਵਿੱਚ ਪੈਸੇਜ 1 ਜਿਹੜਾ ਆਇਆ ਸੀ ਉਹ ਈਜ਼ੀ ਆਇਆ ਸੀ ਤੁਸੀਂ ਆਰਾਮ ਦੇ ਨਾਲ ਕਰ ਸਕਦੇ ਸੀ ਪੈਸੇਜ 2 ਜਿਹੜਾ ਆਇਆ ਸੀ ਉਹ ਮੋਡਰੇਟ ਆਇਆ ਸੀ ਪੈਸੇ 3 ਵੀ ਮੋਡਰੇਟ ਸੀ ਤੇ ਜੇ ਆਪ ઓਵਰਆਲ ਗੱਲ ਕਰੀਏ ਅੱਜ ਦੇ ਇਗਜ਼ਾਮ ਦੇ ਵਿੱਚ ਜਿਹੜੀ ਰੀਡਿੰਗ ਆਈ ਸੀ ਉਹ ਮੋਡਰੇਟ ਲੈਵਲ ਆਇਆ ਸੀ ਲਾਈਕ ਮੋਡਰੇਟ ਟੂ ਡਿਫਿਕਲਟ ਆਪਾਂ ਕਹਿ ਸਕਦੇ ਹਾਂ ਬਟ ਈਜ਼ੀ ਨਹੀਂ ਆਇਆ ਸੀ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ரைਟਿੰਗ ரைਟਿੰਗ ਦੇ ਵਿੱਚ ਆਪਾਂ ਦੇਖਦੇ ਹਾਂ ਟਾਸਕ 1 ਕੀ ਆਇਆ ਸੀ ਟਾਸਕ 1 ਦੇ ਵਿੱਚ ਆਪਣੇ ਕੋਲ ਕੰਬੀਨੇਸ਼ਨ ਆਇਆ ਸੀ ਪਾਈ ਤੇ ਲਾਈਨ ਦਾ ਤੁਸੀਂ ਦੇਖ ਸਕਦੇ ਹੋ ਸਾਡੀ ਪ੍ਰੈਡਿਕਸ਼ਨ ਦੇ ਵਿੱਚ ਜੋ ਵੀ ਅਸੀਂ ਦੱਸਿਆ ਸੀ ਪ੍ਰੈਡਿਕਸ਼ਨ ਦੇ ਵਿੱਚ ਅਸੀਂ ਤੁਹਾਨੂੰ ਪਾਈ ਤੇ ਲਾਈਨ ਦੱਸਿਆ ਸੀ ਇਹਨਾਂ ਦਾ ਕੰਪੈਰੀਜ਼ਨ ਦੱਸਿਆ ਸੀ ਸੋ ਉਸ ਟਾਈਪ ਦਾ ਹੀ ਆਪਣੇ ਕੋਲ ਟਾਸਕ 1 ਅੱਜ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਟਾਸਕ 2 ਕੀ ਸਟੇਟਮੈਂਟ ਆਈ ਸੀ ਟਾਸਕ 2 ਕੀ ਇਹ ਸਾਡੇ ਪ੍ਰੈਡਿਕਸ਼ਨ ਦੇ ਅਕੋਰਡਿੰਗ ਸਹੀ ਸੀ ਕਿ ਗਲਤ ਸੀ ਸਮ ਪੀਪਲ ਥਿੰਕ ਪੈਰੈਂਟਸ ਸ਼ੁੱਡ ਰੀਡ অর ਟੈਲ ਸਟੋਰੀਜ਼ ਟੂ ਚਿਲड्रन others thing parents need not to do that as children can read books or watch television movies by themselves discuss both views and give your opinion kende kuch log eh sochde ha ki jehde parents aa mata pita bachiyan de ohna nu stories sunaniyan chahidiyan apne bachiyan nu te dusri taraf eh sochde ne ki parents nu zarurat nahi hegi ki oh stories wagera sunaan ਕਿਉਂਕਿ ਜਿਹੜੇ ਚਿਲड्रन ਨੇ ਉਹ ਆਪਣੇ ਆਪ ਜਿਹੜੀ ਟੈਲੀਵਿਜ਼ਨ ਦੇਖ ਸਕਦੇ ਨੇ ਮੂਵੀਜ਼ ਦੇਖ ਸਕਦੇ ਨੇ ਕਿਤਾਬਾਂ ਪੜ ਸਕਦੇ ਨੇ ਸੋ ਆਪਾਂ ਦੋਨਾਂ ਵਿਊਜ਼ ਬਾਰੇ ਦੱਸਣਾ ਸੀ ਔਰ ਨਾਲ ਦੀ ਨਾਲ ਆਪਦਾ opinion ਦੱਸਣਾ ਸੀ ਸੋ ਏਸੀ ਟਾਸਕ 2 ਦੀ ਸਟੇਟਮੈਂਟ ਸੋ ਜਿਹੜਾ ਟਾਸਕ 2 ਸੀ ਟਾਸਕ 1 ਸੀ ਉਹ ਸਾਡੀ ਪ੍ਰੈਡਿਕਸ਼ਨ ਦੇ ਅਕੋਰਡਿੰਗ ਹੀ ਆਇਆ ਤੁਸੀਂ ਦੇਖ ਸਕਦੇ ਹੋ ਪ੍ਰੈਡਿਕਸ਼ਨ ਸਾਡੀ 10 ਅਕਤੂਬਰ 2020 ਦੀ ਸੋ ਏਸੀ ਰਿਵਿਊ ਅੱਜ ਦਾ ਓਵਰਆਲ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਲਿਸਨਿੰਗ ਬਾਰੇ ਵੀ ਦੱਸਿਆ ਰੀਡਿੰਗ ਬਾਰੇ ਵੀ ਦੱਸਿਆ ਔਰ ਰਾਈਟਿੰਗ ਦੇ ਵਿੱਚ ਟਾਸਕ 1 ਕੀ ਆਇਆ ਸੀ ਟਾਸਕ 2 ਕਿਹੜੀ ਆਇਆ ਸੀ ਸਟੇਟਮੈਂਟ ਦੱਸੀ ਸੋ ਹਰ ਚੀਜ਼ ਬਾਰੇ ਅਸੀਂ ਤੁਹਾਨੂੰ ਦੱਸਿਆ ਤਾਂ ਇਸ ਕਰਕੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਿੱਤਾ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਜਿਹੜੀ ਅਸੀਂ ਨੈਕਸਟ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਾਂਗੇ ਉਹ ਹੋਗੀ ਲਿਸਨਿੰਗ ਦੇ ਆਨਸਰਸ ਜਿਨ੍ਹਾਂ ਬੱਚਿਆਂ ਨੇ ਈਵਨਿੰਗ ਦੇ ਵਿੱਚ ਐਗਜ਼ਾਮ ਦਿੱਤਾ ਉਹ ਆਪਦੇ ਲਿਸਨਿੰਗ ਦੇ ਆਨਸਰਸ ਚੈੱਕ ਕਰ ਸਕਦੇ ਨੇ ਔਰ ਦੇਖ ਸਕਦੇ ਨੇ ਕਿ ਕਿੰਨੇ ਸਹੀ ਨੇ ਔਰ ਕਿੰਨੇ ਗਲਤ ਨੇ ਥੈਂਕ ਯੂ